ਉਗੇ ਗਾਇਕ ਮਾਸਟਰ ਸਲੀਮ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਜਿੱਥੇ ਮਾਸਟਰ ਸਲੀਮ ਦੀਆਂ ਮੁਸ਼ਕਲਾਂ ਵਧੀਆਂ ਉੱਥੇ ਹੀ ਐਸਐਚਓ ਨਵੀਂ ਕੋਟ ਨੇ ਤਲਬ ਕਰ ਲਿਆ ਕਿਉਂਕਿ ਐਸਐਚਓ ਨੇ ਕਾਰਵਾਈ ਨਹੀਂ ਕੀਤੀ ਸੀ ਜਿਹਦੇ ਚਲਦਿਆਂ ਐਸਐਚਓ ਨੂੰ ਪੇਸ਼ ਹੋਣ ਵਾਸਤੇ ਕਹਿ ਦਿੱਤਾ ਤੇ ਸਿੰਗਰ ਮਾਸਟਰ ਸਲੀਮ ਦੇ ਤੌਰ ਤੇ ਜਿਹੜੇ ਜਾਣੇ ਜਾਂਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਜਲੰਧਰ ਵਿਖੇ ਬਾਬਾ ਮਰਾਦ ਸ਼ਾ ਮੇਲੇ ਦੌਰਾਨ ਮਾਤਾ ਚਿੰਤਪੂਰਨੀ ਪਰਵ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਉਸ ਵਿਵਾਦਿਤ ਬਿਆਨ ਤੋਂ ਬਾਅਦ ਗਾਇਕ ਮਾਸਟਰ ਸਲੀਮ ਕਿਰਗੇ ਸੀ ਤੇ ਹੁਣ ਮੁਸ਼ਕਲਾ ਵੱਧ ਚੁੱਕੀਆਂ ਨੇ ਉਹਨਾਂ ਦੇ ਵਿਵਾਦਿਤ ਜਿਹੜਾ ਬਿਆਨ ਆ ਉਹਦਾ ਮਾਮਲਾ ਹੁਣ ਕੋਰਟ ਵਿੱਚ ਪਹੁੰਚ ਚੁੱਕਾ ਜਲੰਧਰ ਦੇ ਥਾਣਾ ਕੈਂਟ ਵਿੱਚ ਮਾਸਟਰ ਸਲੀਮ ਦੇ ਖਿਲਾਫ ਦਿੱਤੀ ਗਈ ਸ਼ਿਕਾਇਤ ਤੇ ਕੇਸ ਦਰਜ ਨਾ ਕਰਨ ਦੇ ਨੂੰ ਲੈ ਕੇ ਹੀ ਸ਼ਹਿਰ ਦੇ ਹੀ ਦਿਮਾਨਗਰ ਦੇ ਇੱਕ ਵਾਸੀ ਗੌਰਵ ਨੇ ਅਦਾਲਤਾਂ ਦੇ ਵਿੱਚ ਐਸਐਚਓ ਦੇ ਖਿਲਾਫ ਸੀਆਰਪੀਸੀ ਦੀ ਧਾਰਾ 156(3) ਤਹਿਤ ਸ਼ਿਕਾਇਤ ਦਿੱਤੀ ਹੈ। ਉਹਨਾਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਥਾਣਾ ਪਰਿਵਾਰੀ ਨੂੰ ਐਫਆਈਆਰ ਦਰਜ ਕਰਨ ਦੇ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਔਰ ਪਟੀਸ਼ਨ ਕਰਤਾ ਜਿਹੜਾ ਗੌਰਵ ਆ ਉਹਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਦੀ ਅਦਾਲਤ ਨੇ 21 ਸਤੰਬਰ ਨੂੰ ਥਾਣਾ ਕੈਂਟ ਦੇ ਪਰਿਵਾਰੀ ਇੰਚਾਰਜ ਨੂੰ ਮਤਲਬ ਤਲਬ ਕਰ ਲਿਆ। ਆਪਣੇ ਆਦੇਸ਼ ਵਿੱਚ ਕੋਡ ਨੇ ਨਿਰਦੇਸ਼ ਦਿੱਤੇ ਨੇ ਕਿ ਥਾਣਾ ਕੈਂਟ ਦੇ ਐਸਐਚਓ ਜੋਨਾਂ ਕੋਲ ਸ਼ਿਕਾਇਤ ਪਹੁੰਚੀ ਹੈ ਉਸ ਬਾਰੇ ਆਪਣੀ ਰਿਪੋਰਟ ਅਤੇ ਜਵਾਬ ਕੋਡ ਵਿੱਚ ਦੇਣ ਸ਼ਿਕਾਇਤ ਦੇ ਨਾਈ ਗੌਰਵ ਨੇ ਆਪਣੀ ਅਪੀਲ ਦੇ ਵਿੱਚ ਲਿਖਿਆ ਹੈ ਕਿ ਥਾਣਾ ਕੈਂਟ ਦੇ ਇੰਚਾਰਜ ਉਹਦੀ ਸ਼ਿਕਾਇਤ ਤੇ ਮਾਸਟਰ ਸਲੀਮ ਦੇ ਖਿਲਾਫ ਕੇਸ ਦਰਜ ਨਹੀਂ ਕਰੇ ਮਾਸਟਰ ਸਲੀਮ ਨੇ ਬਾਬਾ ਮਰਾਸ਼ਾ ਮੇਲੇ ਵਿੱਚ ਇੱਕ ਕਵਾਲੀ ਗਾਉਂਦੇ ਹੋਏ ਇੱਕ ਅਜਿਹੀ ਇਤਰਾਜਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਸੀ ਗੌਰਵ ਨੇ ਆਪਣੀ ਸ਼ਿਕਾਇਤ ਦੇ ਵਿੱਚ ਸ਼ਹੀਨ ਅਬਦੁੱਲਾ ਵਰਸਸ ਜੁਨੀਅਨ ਆਫ ਇੰਡੀਆ ਦੇ ਕੇਸ ਵਿੱਚ ਆਏ ਪੈਕਸ ਕੋਡ ਦੇ ਪਿਛਲੇ ਸਾਲ 21 ਅਕਤੂਬਰ ਨੂੰ ਆਏ ਫੈਸਲੇ ਦਾ ਹਵਾਲਾ ਦਿੰਦੇ ਹੋਏ ਮਾਸਟਰ ਸਲੀਮ ਤੇ ਕੇਸ ਦਰਜ ਕਰ ਲਈ ਥਾਣਾ ਕੈਂਟ ਨੂੰ ਡਾਇਰੈਕਸ਼ਨ ਦੇਣ ਦੀ ਅਪੀਲ ਕੀਤੀ ਸੀ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਲਿਖਿਆ ਸੀ ਕਿ ਕੋਈ ਵੀ ਅਜਿਹੀ ਬਿਆਨਬਾਜ਼ੀ ਕਰਦਾ ਜਿਸਨਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀਆਂ ਅਤੇ ਉਸ ਉਸਤੇ ਅਗਰ ਕੋਈ ਸ਼ਿਕਾਇਤ ਨਾ ਵੀ ਹੋਵੇ ਉਹਦੇ ਖਿਲਾਫ ਤਦ ਵੀ ਜਿਹੜਾ ਵਾ ਉਹ ਸੋਮੋਟੂ ਲੈ ਕੇ ਕੇਸ ਦਰਜ ਕੀਤਾ ਜਾ ਸਕਦਾ ਨਾਲ ਹੀ ਕੋਰਟ ਨੇ ਸਾਫ਼ ਕੀਤਾ ਸੀ ਕਿ ਜੇ ਜਦੀ ਕੋਈ ਅਧਿਕਾਰੀ ਸ਼ਿਕਾਇਤ ਮਿਲਣ ਤੇ ਵੀ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਸ ਨੂੰ ਵੀ ਕੋਰਟ ਦੀ ਹਦਾਇਤਾਂ ਦੀ ਪਾਲਣਾ ਵਿੱਚ ਉਲੰਘਣਾ ਕਰਨ ਦਾ ਵੀ ਕੇਸ ਸਮਝਿਆ ਜਾਣਾ ਚਾਹੀਦਾ ਹਾਲਾਂਕਿ ਮਾਸਟਰ ਸਲੀਮ ਆਪਣੀ ਇਸ ਟਿੱਪਣੀ ਤੇ ਕਈ ਵਾਰ ਸਫਾਈ ਦੇ ਚੁੱਕੇ ਨੇ ਕਿ ਉਹਨਾਂ ਦੀਆਂ ਗੱਲਾਂ ਦਾ ਗਲਤ ਮਤਲਬ ਕੱਢਿਆ ਉਸ ਤੋਂ ਬਾਅਦ ਮਾਫੀ ਮੰਗਣ ਲਈ ਉਹ ਮਾਤਾ ਚਿੰਤਪੁਰਨੀ ਵੀ ਗਏ ਸੀ ਉੱਥੇ ਜਾ ਕੇ ਵੀ ਉਹਨਾਂ ਨੇ ਮਾਫੀ ਮੰਗੀ ਇਸ ਤੋਂ ਬਾਅਦ ਜਲੰਧਰ ਦੇ ਗੀਤਾ ਮੰਦਰ ਅਤੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਵਿੱਚ ਵੀ ਉਹਨਾਂ ਨੇ ਜਾ ਕੇ ਮੱਥਾ ਟੇਕਿਆ ਸੀ ਤੇ ਮਾਫੀ ਮੰਗੀ ਸੀ ਪਰ ਹਾਲੇ ਵੀ ਉਹ ਨਾ ਦਾ ਜਿਹੜਾ ਇਹ ਜਿਹੜੇ ਬੋਲੇ ਹੋਏ ਸ਼ਬਦ ਨੇ ਉਹ ਖਹਿੜਾ ਨਹੀਂ ਛੱਡ ਰਹੇ ਹੈਗੇ ਜਿਹਦੇ ਚੱਲਦਿਆਂ ਹੁਣ ਮੁਸ਼ਕਲਾਂ ਵੱਧ ਗਈਆਂ ਨੇ ਜਿੱਥੇ ਮਾਸਟਰ ਸਲੀਮ ਦੀਆਂ ਮੁਸ਼ਕਲਾਂ ਵਧੀਆਂ ਉੱਥੇ ਜਲੰਧਰ ਪੁਲਿਸ ਖਾਸ ਕਰਕੇ ਥਾਣਾ ਕੈਂਟ ਦੇ ਐਸ ਐਚਓ ਦੀਆਂ ਵੀ ਮੁਸ਼ਕਲਾਂ ਵਧ ਗਈਆਂ ਕਿਉਂਕਿ ਐਸ ਐਚਓ ਨੂੰ ਵੀ ਹੁਣ ਕੋਡ ਦੇ ਵਿੱਚ ਰਿਪੋਰਟ ਪੇਸ਼ ਕਰਨ ਵਾਸਤੇ ਕਿਹਾ ਤੇ ਨਾਲ ਦੀ ਨਾਲ ਉਹਨਾਂ ਨੂੰ ਤਲਬ ਕਰ ਲਿਆ ਪਹਿਲੀ ਗੱਲ ਇਹ ਜਿਹੀਆਂ ਟਿੱਪਣੀਆਂ ਮਾਸਟਰ ਸਲੀਮ ਹੁਣੀ ਕਰਦੇ ਰਹਿੰਦੇ ਲੇਕਿਨ ਇਸ ਵਾਰ ਕੀਤੀ ਟਿੱਪਣੀ ਨੂੰ ਲੈ ਕੇ ਬੁਰੀ ਤਰ੍ਹਾਂ ਫਸ ਗਏ ਨੇ ਬੋਲਦੇ ਆ ਬੋਲਦੇ ਆ ਕਈ ਵਾਰ ਅਜਿਹੇ ਸ਼ਬਦ ਬੋਲ ਜਾਂਦੇ ਨੇ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਜਿਹਦੇ ਚੱਲਦਿਆ ਹੁਣ ਚਾਹੇ ਉਹਨਾਂ ਨੇ ਲੱਖ ਮਾਫੀਆਂ ਵੀ ਮੰਗ ਲੀਆਂ ਲੇਕਿਨ ਇਸ ਦੇ ਬਾਵਜੂਦ ਵੀ ਉਹਨਾਂ ਦਾ ਇਹ ਜਿਹੜੀ ਕੀਤੀ ਜਿਹੜੀ ਗਲਤੀ ਆ ਉਹ ਖਹਿੜਾ ਨਹੀਂ ਛੱਡ ਰਹੀ ਆਗੀ ਇਸੇ ਕਰਕੇ ਸਿਆਣੇ ਕਹਿ ਗਏ ਨੇ ਕਿ ਪਹਿਲਾਂ ਬੋਲੋ ਫਿਰ ਤੋਲੋ ਤੇ ਜਦੋਂ ਤੁਸੀਂ ਪਹਿਲਾਂ ਤੋਲਦੇ ਹੋ ਤੇ ਫਿਰ ਬੋਲਦੇ ਹੋ ਤੇ ਲਾਜ਼ਮੀ ਤੌਰ ਤੇ ਕਿਸੇ ਨਾ ਕਿਸੇ ਕਾਨੂੰਨੀ ਡਿੱਕੇ ਵਿੱਚ ਫਸ ਜਾਂਦੇ ਹੋ ਜਾਂ ਕੋਈ ਨਾ ਕੋਈ ਭਾਈਚਾਰਾ ਤੁਹਾਨੂੰ ਉਲਝਾ ਲੈਂਦਾ ਜਿਵੇਂ ਹੁਣ ਇਹਨਾਂ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੁਣ ਦੇਖਦੇ ਆ ਕਿਉਂਕਿ ਇਹ ਜਿਹੜਾ ਫੈਸ ਜਿਹੜਾ ਸੰਮਣ ਕੀਤਾ ਗਿਆ ਤਲਬ ਕੀਤਾ ਗਿਆ ਕੋਰਟ ਵੱਲ ਉਹਦੇ ਚ ਜਿਹੜਾ ਪੁਲਿਸ ਵਾਲੇ ਨੇ ਉਹ ਕੀ ਜਵਾਬ ਦਿੰਦੇ ਨੇ ਜਾਂ 21 ਸਤੰਬਰ ਤੋਂ ਮਤਲਬ ਪਲਕੇ ਤੱਕ ਕੀ ਮਾਸਟਰ ਸਲੀਮ ਖਿਲਾਫ ਕੇਸ ਰਜਿਸਟਰਡ ਕਰਕੇ ਜਿਲੰਦਰ ਪੁਲਿਸ ਖੜਾ ਛਡਾ ਸਕਦੀ ਹੈ ਕਿਉਂਕਿ ਉਹਨਾਂ ਨੇ 21 ਤਰੀਕ ਨੂੰ ਕੋਰਟ ਨੇ ਤਲਬ ਕੀਤਾ ਹੈਗਾ ਉਸ ਤੋਂ ਪਹਿਲਾਂ ਜੇ ਮਕਦਮਾ ਦਰਜ ਕਰ ਦਿੰਦੇ ਨੇ ਤੇ ਫਿਰ ਲਾਜ਼ਮੀ ਤੌਰ ਤੇ ਪੁਲਿਸ ਦਾ ਭਾਵੇਂ ਖਿਹੜਾ ਛੁੱਟ ਜੇ ਅਦਾਲਤ ਤੋਂ ਲੇਕਿਨ ਮਾਸਟਰ ਸਲੀਮ ਵਾਸਤੇ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਕਿਉਂਕਿ ਫਿਰ ਉਹਨਾਂ ਨੂੰ ਜ਼ਮਾਨਤ ਵੀ ਲੈਣੀ ਪੈਗੀ ਤੇ ਕੀ ਇਹ ਪਰਚਾ ਧਾਰਮਿਕ ਭਾਵਨਾਵਾਂ ਪੜਕਾਉਣ ਨੂੰ ਲੈ ਕੇ ਜਿਹੜੀ ਆਈਪੀਐਸ ਦੀ ਧਾਰਾ 295 ਤਹਿਤ ਦਰਜ ਕੀਤਾ ਜਾਏਗਾ ਇਹ ਵੀ ਹੁਣ ਜਲੰਧਰ ਪੁਲਿਸ ਨੂੰ ਲੀਗਲ ਰਾਇਅ ਲੈਣੀ ਪੈਗੀ ਕਲਕੀ ਦਾ ਦਿਨ ਪੁਰ ਜਲੰਧਰਪੁਰਸ ਵਾਸਤੇ ਵੀ ਤੇ ਮਾਸਟਰ ਸਲੀਮ ਵਾਸਤੇ ਵੀ ਕਾਫੀ ਐਮ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ